ਅਸਲਾਮ ਵਾਲੇਕਮ ਵੈਲਕਮ ਟੂ ਸਲਾਬਰ ਇਨਸਾਈਕਲੋਪੀਡੀਆ ਚਾਲਾ ਖੁਸ਼ ਆਇਓ ਤੇ ਵੀ ਸਹੀ ਆ ਪਾਣੀ ਬਿਓ ਚੈਪਟਰ ਕਿਉਂ ਪਿਆ ਵਿੱਚ ਮੈਂ ਕੋਈ ਨਹੀਂ ਵੀਡੀਓ ਅਪਲੋਡ ਨਾ ਕਈ ਹੋਣ ਅਹੀਂ ਹਾਣੇ ਇਹ ਬਿਓ ਚੈਪਟਰ ਪੂਰਾ ਕਰੇ ਪੋਸਾ ਇਨਸ਼ਾਅੱਲਾ ਪੀਐਸਟੀ ਜਾਂ ਪ੍ਰੋਬਲਮ ਸੋਲਵ ਕਰਾਇਨਾ ਸੇ ਜਿਹੜਾ ਪਾਸਟ ਪੇਪਰਸ ਮੇ ਆਇਆ ਹੋਇਆ ਮੈਥਸ ਜਾਂ ਸਪੈਸ਼ਲੀ ਠੀਕ ਆ ਮਤਲਬ ਇਹ ਕੁਝ ਵੀਡੀਓ ਹਨ ਜੇ ਕਿ ਫਿਜ਼ਿਕਸ ਚੋਂ ਇਨਕਾ ਬੋਏ ਰੁਗੇ ਮੈਥ ਹੁੰਦੀ ਐ ਹੂ ਵੀ ਪੀਐਸਟੀ ਜਾਂ ਸੋਲ ਪੇਪਰ ਐ ਐਚਐਸਟੀ ਜਾਂ ਜਿਹੜਾ ਪੇਪਰ ਹਨ ਹੂ ਸੋਲ ਕਰਨਾ ਸੇ ਇਨਸ਼ਾਅੱਲਾ ਮੈਚੋ ਪੋਰਸ਼ਨ ਆਣੀ ਪਾਣ ਮਿਸਾਲ ਕਰਨਾ ਸੀ 2.3 ਜੇ ਮੈਂ ਛਾਤੋ ਚੇਤ ਜੇ ਕਦੇ ਜੇ ਕਦੇ ਇੱਕ ਸਟੀਲ ਰਾਡ ਜੋ قطر ਮਤਲਬ ਡਾਇਆਮੀਟਰ ਬਦਾਈ ਪੰਜਾਬ 2.52 ਆਹੇ ਉਹਨਕੇ ਮਿਲੀਮੀਟਰਨ ਐ ਮੀਟਰਨ ਮੇ ਲਿਖੋ ਪਾਣ ਕੇ ਛਾ ਕਰਨੋ ਪਾਣ ਕੀ ਇਹ ਜੋ ਕੋ ਡਾਇਆਮੀਟਰ ਪਾਣ ਕੇ ਮਿਲਿਆ ਲਾ ਹਣਕੇ ਮਿਲੀਮੀਟਰਨ ਮੇ ਵੀ ਤਬਦੀਲ ਕਰਨੋ ਐ ਮੀਟਰਨ ਮੇ ਸਫਾ 16 ਬਸ ਇੱਕ ਵਾਰ ਗੱਲ ਪਾਣ ਕੇ ਯਾਦ ਰੱਖਣੀ ਆ ਕਿਹੜੀ ਗੱਲ ਤਾਂ ਜੇ ਕਦੀ ਪਾਣ ਨੰਡੀ ਸ਼ੇਖਾਂ ਨੰਡੀ ਸ਼ੇਖਾਂ ਵੱਡੀ ਸ਼ੇ ਮੇਂ ਤਬਦੀਲ ਕਿਉਂ ਦਾ ਮਤਲਬ ਨੰਡੇ ਯੂਨਿਟ ਖਾਂ ਵੱਡੇ ਯੂਨਿਟ ਮੇਂ ਤਬਦੀਲ ਕਿਉਂ ਦਾ ਤਾਂ ਪੋ ਪਾਣ ਚਾ ਕਰਨਾ ਪੋ ਪਾਣ ਡਿਵਾਈਡ ਕਰਨਾ ਪੋ ਪਾਣ ਚਾ ਕਰਨਾ ਉਹ ਡਿਵਾਈਡ ਕਰਨਾ ਅਈ ਜਦੇ ਵੱਡੇ ਯੂਨਿਟ ਖਾਂ ਨੰਡੇ ਯੂਨਿਟ ਦੇ ਸ਼ਿਫਟ ਕਰਨਾ ਹੂੰ ਚੇਂਜ ਕਰਨਾ ਹੂੰ ਤੋ ਪੋ ਪਾਣ ملٹیپلیکیشن ملٹیپلائی کرنا ٹھیک ہے ائی ہی مزید کلیئر تھی نو جڑے پانی مثال کرنا سی ہی ڈائیمٹر جکو پان کے مل لے ہو پان لکھو اے ہن کا بھی ملی میٹر میں تبدیل کرنا سنگ ڈائیمٹر کے ائی میٹرن میں بھی صفا سولو پیروں جکو ان میں پان ملی میٹرن میں تبدیل کرنا ملی میٹرن میں صحیح ہے ہانے پان کے خبر ا ਤਾਂ ਪਾਣ ਕੇ ਜੇ ਕੋ ਮੀਰਮੈਂਟ ਮਿਲਿਆ ਲਾ ਉਹ ਸੈਂਟੀਮੀਟਰ ਨ ਮੈਂ ਤਾਂ ਉਹ ਪਾਣ ਹਿੱਸਤਾ ਸੇ ਤੇ 1 ਸੈਂਟੀਮੀਟਰ ਮੇ 1 ਸੈਂਟੀਮੀਟਰ ਮੇ ਘਣਾ ਮਿਲੀਮੀਟਰ ਹੁੰਦਾ 1 ਸੈਂਟੀਮੀਟਰ ਮੇ 10 ਮਿਲੀਮੀਟਰ ਹੁੰਦਾ 10 ਮਿਲੀਮੀਟਰ ਸਹੀ ਥਿਓ ਹਾਣੀ ਹਾਣੀ ਸੈਂਟੀਮੀਟਰ ਜੇ ਜਾਏ ਤੇ ਮਿਲੀਮੀਟਰ ਰਖਦਾ ਸੇ 2.52 ऐं हिन सेंटीमीटर जी जाइ ते मिलीमीटर रखंदासीं त साण ई ॾह मलटीप्लाए में थी वेंदा सही आहे हाणे मल्टीप्लाए में ॾह आहे त हीअ ॾही जेकी आहे शिफ्ट थी वेंदी त जवाबु थींदो ट्वैंटी फाइव पॉइंट टू ऐं यूनिट मिलीमीटर हाणे तव्हां ॾिठो त असां सेंटीमीटर जार जेको आहे हीउ यूनिट आहे एस कंपेयर टू मिलीमीटर जार। जे त सेंटीमीटर वॾो आहे मतिलबु पाण वॾे यूनिट खां नंढे यूनिट ॾे थियाऊं शिफ्ट थियाऊं चेंज कयो आहे पाण त पाण मल्टीप्लाइ कयो आहे सही आहे ही हीअ ॾह हिकु सेंटीमीटर में ॾह मिलीमीटर हुया त पाण हू ॾह मिलीमीटर जेका आहिनि हू हिन सां टू पॉइंट फाइव टू जेको सेंटीमीटर में मिलियलु हुयो हुन सां ज़रब कयो आहे ऐं पाण खे ट्वेंटी फाइव पॉइंट टू मिलीमीटर मिली वियो चेंज थी वियो हाणे ॿियो जेको आहे उन में चा दो जे त मीटरन में तब्दील क्यों के के मीटरन में जेकी डायमीटर पान के मिलेला हन के मीटरन में तब्दील करनो हाने दिसो त मीटर वडो यूनिट या सेंटीमीटर मीटर वडो सही आ त मतलब पान के डिवाइड करनो नंडे यूनिट का बड़े यूनिट दे शिफ्ट थे उंदा तो पान के डिवाइड करनो हो किथे करना से उ पानिस हुंदा सब नीगा पेरो त दिसो वट त एक ਮੀਟਰ ਮੇ 1 ਮੀਟਰ ਮੇ ਗਣਾ ਸੈਂਟੀਮੀਟਰ ਹੁੰਦਾ 1 ਮੀਟਰ ਮੇ 100 ਸੈਂਟੀਮੀਟਰ ਹੁੰਦਾ ਤਵਾ ਇਨਚੀ ਟੇਪ ਤੇ ਐ ਮੀਟਰ ਜੇ ਕੋ ਹੁੰਦਾ ਉਨਤੇ ਡਿਟੋ ਹੁੰਦਾ ਹੀ ਥੀ ਹਾਣੀ ਪਾਣ ਕੇ ਸੈਂਟੀਮੀਟਰ ਮਿਲ ਲਨ ਗਣਾ ਸੈਂਟੀਮੀਟਰ ਮਿਲ ਲਨ 2.52 ਪਾਣ ਕੇ ਸੈਂਟੀਮੀਟਰ ਮਿਲ ਲਨ ਹਣ ਕੇ ਆਨੇ ਡਿਵਾਈਡ ਕਰੇ ਛਣਨ 100 ਸੋ ਜੋ 1 ਮੀਟਰ ਮੇ 100 ਸੈਂਟੀਮੀਟਰ ਹੁੰਦਾ ਸਵਸਾਂ ਡਿਵਾਈਡ ਕਰੇ ਚੜਦਾ ਸੀ ਤਾ ਹਾਣੇ ਹੀ ਡਾਈ ਹਿੱਤਾਂ ਤਹੀ ਬ ਬਰੇ ਹਿੰਟਾ ਹਿੰ ਸਾਈਡ ਸ਼ਿਫਟ ਥਿੰਦੀ ਮਤਲਬ ਹਿੱਤਾ ਗਾ ਇੱਕ ਬਰੇ ਦੇ ਹਿੰਦੀ ਬਰੀ ਹੈ ਦੇਂਦੀ ਸਹੀ ਤਾ ਫਾਈਨਲ ਰਿਜ਼ਲਟ ਪਾ ਚਾ ਤਿੰਦੋ 0.0 252 ਐਂ ਹੀ ਚਾ ਯੂਨਿਟ ਚਾ ਤਿੰਦੋ ਮੀਟਰ ਹਾਣੇ ਦਿਸੋ ਬ ਬਰੇ ਸ਼ਿਫਟ ਤੀ ਆ ਡਾਈ ਹਿੱਤਾ ਗਾ ਇਤੇ ਵਰੀ ਤੇ ਸਹੀ ਦਿਓ ਜੇਕਰ ਇਹ ਕੈਲਕੂਲੇਟਰ ਤੇ ਕੰਨੋ ਪੋ ਵੀ ਇਹ ਜਵਾਬ ਥਿੰਦੋ ਤਾਂ 0.0252 ਜੇ ਕੋ ਮੀਟਰ ਹੋ ਪੰਜੋ ਅਨਸਰ ਥਿਓ ਮਤਲਬ 2.52 ਜੇ ਕੋ ਸੈਂਟੀਮੀਟਰ ਆ ਹੀ ਬਰਾਬਰ ਆ 0.00252 ਮੀਟਰ ਛ ਸਪਾਸੋ ਲੋ ਕੋ ਵੀ ਮਸਲਾ ਹੋ ਜੇ ਕਮੈਂਟ ਵਿੱਚ ਪੁੱਛ ਸਕੋਤਾ ਚੈਨਲ ਕੇ ਸਬਸਕ੍ਰਾਈਬ ਨਾ ਹੈ ਕਿਉਂ ਚੈਨਲ ਕੇ ਸਬਸਕ੍ਰਾਈਬ ਕਰੇ ਵਟੋ ਜੀ ਹਾਂ ਰਿੰਦਰ ਨਈ ਵੀਡੀਓ ਤੁਮਾਂਕੇ ਮਿਲੀ ਸਕੇਗੀ